ये बन के थल्यों पानी जिन्ना भी निकल रहा है, ये किसी वेले भी बन का नुकसान हो सकता है। हुण तां लोकां ने ना जिन्हां दीआं जमीनां नाल उहनां करा करा के उत्थों ही रैंप बना ले ने, वो बन दा वैसे खत्म ही ना दे बने जी। हुण उह पिंडां दे नाल जिहड़े बन लगदे उह लोकां ने खिच खिच के घरां च मिट्टी पा ली। अंडर कंट्रोल हैगा, जो जो कार्रवाई करनी पड़ती है वो की जा रही है। इस तरह की कोई अफवाह दे उपर ध्यान ना दिता जाए। एक पासे जिते पंजाब दे लोक हड़ा दी मार चल रहे ने, तां उत्थे दरियावां च नको नक भरिया पाणी लोकां लई नवीं मुश्किल खड़ी कर रहा है। तस्वीरां फिरोजपुर दे पिंड हबीबके दीआं ने, जिथे सतलुज दरिया दे लगे बन दे हेठों पानी रिसना शुरू हो चुकिया है, जिस तों बाद लोकां च सहम दा माहौल बणिआ होइआ है। समस्या वीरे वेखो वी, सारे लोक गरीब घर ने और रोटी किवें खांदे ने उहनां नूं पता, किसे नूं नहीं पता, क्योंकि अपनी अपनी रोटी आप कमा के खाणी हुंदी। ਉਹ ਸਭ ਗਰੀਬਾਂ ਨੂੰ ਪਤਾ ਹੈ, ਕਿਸੇ ਅਮੀਰ ਨੂੰ ਨਹੀਂ ਪਤਾ। ਅਮੀਰਾਂ ਨੇ ਤਾਂ ਕੁਰਸੀਆਂ 'ਤੇ ਬਹਿਣਾ ਅਤੇ ਕੁਰਸੀਆਂ ਘੁਮਾ ਛੱਡਣੀਆਂ ਨੇ ਅਤੇ ਦੁਨੀਆਂ ਨੂੰ ਵੇਖ ਛੱਡਣਾ। ਇਹ ਨਹੀਂ ਵੇਖਣਾ ਕਿਸੇ ਨੇ ਕਿਸੇ ਦੇ ਘਰੇ ਪੱਕਦੀ ਕਿ ਨਹੀਂ ਪੱਕਦੀ। ਪਾਣੀ ਕਿੰਨਾ ਕੁ ਹੁਣ ਅਤੇ ਪਾਣੀ ਇਸ ਤੋਂ 10 ਦਿਨ ਹੋ ਗਏ ਨੇ, ਪਾਣੀ ਇਸੇ ਤਰ੍ਹਾਂ ਚੱਲਦਾ ਰਿਹਾ। ਬਾਰਿਸ਼ਾਂ ਰੁਕ ਗਈਆਂ, ਦਰ ਖੁੱਲ੍ਹੇ ਸੀ, ਹੁਣ ਉਹਨਾਂ ਦਰ ਬੰਦ ਕਰ ਦਿੱਤੇ ਨੇ। ਤੁਸੀਂ ਇਹ ਦੱਸੋ ਵੀ ਪਿੰਡ ਬੀਬਕਿਆਂ ਵਾਲਾ ਅਤੇ ਅਲੀ ਕਿਆਂ ਵਾਲਾ, ਦੁਲਚੀਆਂ ਵਾਲਾ, ਇਹ ਕਿੱਥੇ ਜਾਣਗੇ ਦੱਸੋ ਪਹਿਲਾਂ ਮੈਨੂੰ। ਇੱਥੇ ਕੋਈ ਵੇਖਣ ਵਾਲਾ ਨਹੀਂ ਜੇ, ਕੋਈ ਚੱਖਣ ਵਾਲਾ ਨਹੀਂ ਜੇ, ਅਤੇ ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਹੈਗਾ। ਪਾਣੀ ਬਰਾਬਰ ਆ ਚੁੱਕਾ, ਪਾਣੀ ਟੱਪ ਗਿਆ, ਪਾਣੀ ਤਾਂ ਆ ਚੁੱਕਿਆ ਜੀ। ਪਿੰਡ ਨੀਵੇਂ ਨੇ? ਹਾਂਜੀ, ਪਿੰਡ ਬਹੁਤ ਨੀਵੇਂ ਨੇ। ਜੇ ਪਾਣੀ ਆ ਗਿਆ ਤਾਂ ਸਾਡੀ ਛੱਤਾਂ ਤੋਂ ਉੱਪਰ ਜਾਣਾ। ਤੇ ਪਾਣੀ ਸਿਮਣਾ ਸ਼ੁਰੂ ਹੋ ਗਿਆ? ਬਿਲਕੁਲ ਜੀ, ਸਿਮਣਾ ਸ਼ੁਰੂ ਹੋ ਗਿਆ। ਅਸੀਂ ਹੁਣ ਇਹਦੇ, ਤੁਸੀਂ ਦੱਸੋ ਵੀ ਅਸੀਂ ਕੀ ਕਰ ਸਕਦੇ। ਜਿਹੜਾ ਆਇਆ ਉਹ ਕੀ ਕਰ ਰਿਹਾ ਜੀ? ਕੋਈ ਕਹਿ ਰਿਹਾ ਇੱਥੇ ਗੱਟੇ ਨਹੀਂ ਲੱਗਣੇ, ਕੋਈ ਕਹਿ ਰਿਹਾ ਇੱਥੇ ਪੱਥਰ ਨਹੀਂ ਲੱਗਣੇ, ਦੁਨੀਆ ਡੁੱਬਣੀ ਹੈ, ਕੋਈ ਕੁਛ ਨਹੀਂ ਕਰ ਰਿਹਾ ਜੀ। ਗੱਲਾਂ ਕਰਨ ਵਾਲੇ ਸਾਰੇ ਨੇ, ਮੰਗ ਅਸੀਂ ਇਹੀ ਕਰਦੇ ਹਾਂ, ਸਾਡਾ ਜਿਹੜੀਆਂ ਨੋਚਾਂ ਨੇ ਵਧਾਈਆਂ ਜਾਣ, ਬਣਾਈਆਂ ਜਾਣ, ਜੋ ਮੁਰੰਮਤ ਇਹਦੀ ਹੋਣੀ ਚਾਹੀਦੀ ਹੈ। ਇਹ ਅੱਗੇ ਹੁਣ ਸਰਕਾਰ ਨੂੰ ਵੇਖੋ ਵੀ ਲੱਗਦਾ ਕਿ ਪਹਿਲਾਂ ਹੋਣੀਆਂ ਚਾਹੀਦੀ, ਅਸੀਂ ਕੰਮ ਮੁੱਕੇ ਤੇ ਕਿਉਂ ਹੋ ਰਹੇ ਨੇ? ਸਰਕਾਰ ਨੂੰ ਪਤਾ ਹੈ ਸਰ ਜੀ, ਇਹ ਸਾਰਿਆਂ ਨੂੰ ਪਤਾ ਹੁੰਦਾ ਹੈ ਵੀ ਇਹ ਚੀਜ਼ ਪਹਿਲਾਂ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਸ ਗੱਲ ਦਾ ਮੈਂ ਅੱਗੇ ਵੀ ਦੱਸ ਚੁੱਕੀ ਹਾਂ ਵੀ ਅਸੀਂ ਗਰੀਬ ਕਰਦੇ ਹਾਂ, ਰੋਟੀ ਤਾਜ਼ੀ ਘਰ ਦੇ ਵਿੱਚ ਘਰਾਂ 'ਚ ਕੰਮ ਕਰਨ ਵਾਲੇ ਅਸੀਂ ਬੰਦੇ ਹਾਂ, ਮਿਹਨਤਾਂ ਕਰਨ ਵਾਲੇ ਬੰਦੇ ਨੇ, ਦਿਹਾੜੀਦਾਰ ਮਜ਼ਦੂਰ। ਉਹ ਇੱਥੇ ਕਰਨਗੇ ਕਿ ਉੱਥੇ ਕਰਨਗੇ? ਤੁਸੀਂ ਦੱਸੋ ਪਹਿਲਾਂ, ਜੇ ਉੱਥੋਂ ਕਰਨਗੇ ਤਾਂ ਇੱਥੇ ਸਾਨੂੰ ਰੋਟੀ ਕੌਣ ਦੇਗਾ? ਕੋਈ ਸਰਕਾਰ ਨਹੀਂ ਆ ਕੇ ਦੇਗੀ, ਕੋਈ ਕਿਸੇ ਨੂੰ ਕੋਈ ਹੈ ਨਹੀਂ ਵੀ ਮਤਲਬ ਕੋਈ ਦੁਨੀਆ ਕਿੱਥੇ ਰਹਿੰਦੀ ਅਤੇ ਕਿੱਥੇ ਨਹੀਂ ਰਹਿੰਦੀ। ਜੇ ਤਗੜੇ ਬੰਦਿਆਂ ਨਾਲ ਗੱਲ ਕਰੀਦੀ ਤਾਂ ਤਗੜੇ ਐਸਪਨ ਪਾਉਂਦੇ, ਐਸਪਨ ਕੱਢ ਦਿੰਦੇ ਨੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਨੀਤਾ ਹੈ ਜੀ। ਇਹਦੇ ਸਾਹਮਣੇ ਖੜ੍ਹੇ ਹਾਂ, ਮੇਰਾ ਪਿੰਡ ਹਬੀਬਕੇ। ਇਹ ਬੰਨ ਦੇ ਥੱਲਿਓਂ ਪਾਣੀ ਜਿੰਨਾ ਵੀ ਨਿਕਲ ਰਿਹਾ, ਇਹ ਕਿਸੇ ਵੇਲੇ ਵੀ ਬੰਨ ਦਾ ਨੁਕਸਾਨ ਹੋ ਸਕਦਾ ਹੈ। ਅਤੇ ਆਹ ਜਿੰਨੀ ਜਨਤਾ ਸਾਰੀ ਇਸੇ ਕਰਕੇ ਵੇਖਣ ਲੱਗੀ ਹੈ, ਕੋਈ ਲੱਗੇ ਵੀ ਨੇ ਆਪਦੇ ਆਪ ਕੰਮ ਕਰਨ, ਪਰ ਨਹੀਂ, ਜੇ ਇੰਨਾ ਚਿਰ ਪ੍ਰਸ਼ਾਸਨ ਨਾ ਆ ਕੇ ਲੱਗੇਗਾ ਉਹਨਾਂ ਚਿਰ ਜਨਤਾ ਕੀ ਕਰੇਗੀ? ਜਨਤਾ ਦੇ ਪੱਲੇ ਉਹਨਾਂ ਚਿਰ ਕੁਛ ਵੀ ਨਹੀਂ ਹੈਗਾ। ਪਾਣੀ ਰਿਸ ਰਿਹਾ, ਕਿੱਥੋਂ ਰਿਸ ਰਿਹਾ? ਇਹ ਰਿਸ ਰਿਹਾ ਹਬੀਬਕੇ ਦੇ ਨਾਲ ਹੀ ਹੈ ਪਿੰਡ, ਥੱਲੇ ਬੰਨ ਦੇ ਚੱਲ ਰਿਹਾ। ਜੇਕਰ ਉਹ ਗੇਟ ਵੀ ਚੱਕਿਆ ਜਾਂਦਾ, ਥੋੜ੍ਹਾ ਜਿਹਾ ਪਾਣੀ ਡਾਊਨ ਹੋ ਜਾਵੇ ਤਾਂ ਆਟੋਮੈਟਿਕ ਫਰਕ ਪਏਗਾ ਕੁਛ ਨਾ ਕੁਛ। ਗੇਟਾਂ ਪਾਸੇ ਵੀ ਧਿਆਨ ਹੈ ਨਹੀਂ ਕਿਸੇ ਦਾ। ਪਾਣੀ ਵਧਿਆ ਹੋਇਆ? ਪਾਣੀ ਵਧਿਆ, ਕਾਫੀ ਵਧਿਆ ਅੱਗੇ ਨਾਲੋਂ। ਇੱਦੋਂ ਅੱਗੇ ਪਾਣੀ ਕਿੰਨਾ ਚੱਲ ਰਿਹਾ, ਤੇ ਹੁਣ 3 ਫੁੱਟ ਪਾਣੀ ਹੋਰ ਵਧਿਆ ਬੈਠਾ। ਅਗਰ ਇਹ ਪਾਣੀ ਜਿਹੜਾ ਹੈ ਕਿ ਵਧਣ ਦੇ ਨਾਲ ਜੇ ਬੰਦ ਆ, ਜਿਵੇਂ ਤੁਸੀਂ ਦੱਸ ਰਹੇ ਹੋ, ਬੰਦ ਟੁੱਟਦਾ ਤਾਂ ਕਿੰਨਾ ਕੁ ਨੁਕਸਾਨ? ਨੁਕਸਾਨ ਘੱਟੋ ਘੱਟ ਇਹ ਫਿਰੋਜ਼ਪੁਰ ਸ਼ਹਿਰ 4-5 ਪਿੰਡ ਨੇ ਸਾਡੇ ਇਸ ਏਰੀਏ 'ਚ ਵਿੱਚ, ਉਹ ਨਾਲ ਕੈਂਟ ਤੱਕ ਪਾਣੀ ਜਾਏਗਾ ਜੀ। ਕਾਫੀ ਤਬਾਹੀ ਹੋ, ਹਾਂ ਕਾਫੀ ਤਬਾਹੀ ਹੋ ਸਕਦੀ ਹੈ। ਤੁਹਾਨੂੰ ਕੀ ਨਾਮ ਹੈ ਤੁਹਾਡਾ? ਓਮ ਪ੍ਰਕਾਸ਼। ਲੋਕਾਂ ਦਾ ਕਹਿਣਾ ਕਿ ਸਤਲੁਜ ਦਰਿਆ 'ਚ ਪਾਣੀ ਕਾਫੀ ਭਰ ਚੁੱਕਿਆ ਹੈ ਅਤੇ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਕਦੇ ਵੀ ਬੰਨ ਟੁੱਟ ਸਕਦਾ ਹੈ, ਜਿਸ ਕਾਰਨ ਉਹਨਾਂ ਦੇ ਪਿੰਡਾਂ ਦਾ ਨੁਕਸਾਨ ਹੋ ਸਕਦਾ ਹੈ। ਬੇਨਤੀ ਹੈ ਵੀ ਬੰਨ ਤਾਂ ਵੈਸੇ ਖਤਮ ਹੀ ਹੋਏ ਪਏ, ਅੱਜ ਤੋਂ 20 ਸਾਲ ਅਸੀਂ ਪਹਿਲਾਂ 25 ਵੇਹਣੇ ਹੁੰਦੇ ਸੀ ਬੰਨ ਦੇ ਉੱਤੇ, ਨਾ ਡੰਗਰ ਨਹੀਂ ਚੜ੍ਹਨ ਦਿੰਦੇ, ਇੰਨੀ ਸਖਤੀ ਸੀ, ਦਰਖਤ ਸੀ ਬਹੁਤ ਜ਼ਿਆਦਾ। ਹੁਣ ਤਾਂ ਲੋਕਾਂ ਨੇ ਨਾ ਜਿਨ੍ਹਾਂ ਦੀਆਂ ਜ਼ਮੀਨਾਂ ਨਾਲ ਉਹਨਾਂ ਕਰਾ ਕੇ ਉੱਥੋਂ ਹੀ ਉਹ ਰੈਂਪ ਬਣਾ ਲਏ ਨੇ, ਉਹ ਬੰਨ ਤਾਂ ਵੈਸੇ ਖਤਮ ਹੀ ਨਾਂ ਦੇ ਬਣੇ ਜੀ। ਹੁਣ ਉਹ ਪਿੰਡਾਂ ਦੇ ਨਾਲ ਜਿਹੜੇ ਬੰਨ ਲੱਗਦੇ ਉਹ ਲੋਕਾਂ ਨੇ ਖਿੱਚ ਖਿੱਚ ਕੇ ਘਰਾਂ 'ਚ ਮਿੱਟੀ ਪਾ ਲਈ ਜੀ, ਪ੍ਰਸ਼ਾਸਨ ਉਹਦੇ ਲਈ ਧਿਆਨ ਹੀ ਨਹੀਂ ਦਿੰਦਾ ਕੋਈ। ਬੰਨ ਤਾਂ ਬਿਲਕੁਲ ਖਤਮ ਹੈ ਜੀ। ਇਸ ਵਕਤ ਹਾਲਾਤ ਕੀ ਹੈ ਬੰਨ ਦੇ? ਇਸ ਟਾਈਮ ਤਾਂ ਜੀ ਜਦੋਂ ਮਰਜ਼ੀ ਪਾਣੀ ਬੰਨ ਟੁੱਟ ਸਕਦਾ ਹੈ, ਘੰਟਾ ਵੀ ਕੱਢ ਜੇ, 2 ਵੀ ਕੱਢ ਜੇ, ਜੇ ਨਾ ਇੱਥੇ ਕੋਈ ਕਾਰਵਾਈ ਹੋਈ ਤਾਂ ਸ਼ਹਿਰ ਵੀ ਜਾਏਗਾ, ਪਿੰਡ ਤਾਂ ਜਾਣੇ ਸ਼ਹਿਰ ਪਹਿਲਾਂ ਪਾਣੀ ਵੜੇਗਾ। ਦੂਜਾ ਜਿਹੜਾ ਬੰਦ ਉਹ ਬੰਨ ਬਿਲਕੁਲ ਖਤਮ ਆ, ਉਹ ਤਾਂ ਪਹਿਲਾਂ ਕੋਰੀ ਰੇਤਾ ਖਤਮ ਹੀ ਹੈ ਜੀ, ਉਹ ਤਾਂ ਬੰਨ ਇਹਦੇ ਬੰਨ ਦਾ ਮਾੜਾ ਮੋਟਾ ਰੇਚਾ ਹੈਗਾ, ਜੇ ਇਹ ਟੁੱਟ ਗਿਆ ਤੇ ਬਸ ਗਿਆ ਮਿੰਟੋ ਮਿੰਟੀ ਕੰਮ। ਮੰਗ ਪ੍ਰਸ਼ਾਸਨ ਤੋਂ ਇਹ ਵੀ ਇਹ ਬੰਨਾਂ ਵੱਲ ਧਿਆਨ ਦਿੱਤਾ ਜਾਵੇ, ਜਦੋਂ ਪਾਣੀ ਆਉਂਦਾ ਬਸ ਉਦੋਂ ਹੀ ਵਹਿੰਦੇ, ਉਦੋਂ ਬਾਅਦ ਕੋਈ ਨਾ ਹੀ ਨਹੀਂ ਲੈਂਦਾ, ਇਹਨਾਂ ਦੇ ਮਿੱਟੀ ਪਾਈ ਜਾਏ, ਇਹਨਾਂ ਦੇ ਨਾਲ ਗੱਟੇ ਆ ਜਿਹੜੀਆਂ ਨੋਚਾਂ ਅੱਗੇ ਨੂੰ ਵਧਾਈਆਂ ਜਾਣ, ਜੇ ਆ ਨੋਚਾਂ ਨਾ ਅੱਗੇ ਨੂੰ ਵਧਾਈਆਂ ਤਾਂ ਸ਼ਹਿਰ ਨੂੰ ਬਿਲਕੁਲ ਖਤਰਾ ਹੈ, ਇਹ ਤਾਂ ਬਿਲਕੁਲ ਖਤਮ ਹੋਇਆ ਪਿਆ, ਥੱਲਿਓਂ ਦਰਿਆ ਨੇ ਢਾਹ ਲਾ ਕੇ ਇਹਨੂੰ ਖਤਮ ਹੀ ਕਰਤਾ ਜੀ। ਮੇਰਾ ਨਾਮ ਬਲਵੀਰ ਸਿੰਘ ਜੀ। ਮਹਿੰਦਰ ਸਿੰਘ, ਹਾਲਾਤਾਂ ਦੇ ਹਾਲ ਬਹੁਤ ਮਾੜੇ ਨੇ ਬਾਈ ਜੀ।
ਵੀ ਇੱਧਰ ਤਾਂ ਫਾਇਦਾ ਕੋਈ ਨਹੀਂ, ਜਿਹੜੇ ਪਾਸੇ ਮਸ਼ੀਨ ਲਾਈ ਉਸ ਪਾਸੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ ਨਾ। ਜਾਂ ਤਾਂ ਇਸ ਪਾਸੇ ਬੰਨ ਦੀ ਬਰਾਮਦੀ ਕੀਤੀ ਜਾਵੇ, ਕੁਛ ਵੀ ਕੀਤਾ ਜਾਵੇ, ਜਾਂ ਪੱਥਰ ਲਾਇਆ ਜਾਵੇ, ਜਾਂ ਇੱਧਰ ਵੀ ਗੱਟਾ ਵਗੈਰਾ ਲਾਇਆ ਜਾਵੇ, ਮਿੱਟੀ ਪਾਈ ਜਾਵੇ, ਸਾਨੂੰ ਇਸ ਪਾਸੇ ਤਾਂ ਕੋਈ ਜਿਹੜੀ ਮਸ਼ੀਨ ਲਾਈ ਕੋਈ ਵੀ ਫਾਇਦਾ ਵੀ ਨਹੀਂ, ਇੱਕ ਰੁਪਈਆ ਵੀ ਨਹੀਂ ਫਾਇਦਾ ਹੈਗਾ। ਪਾਣੀ ਕਿਹੜੇ ਪਾਸੇ ਆ ਤਾਂ ਮਸ਼ੀਨ ਕਿਹੜੇ ਪਾਸੇ ਲਾਈ? ਮਸ਼ੀਨ ਪਿੰਡ ਵਾਲੇ ਪਾਸੇ ਮਸ਼ੀਨ ਲਾਈ ਹੈ, ਦੂਜੇ ਪਾਸੇ ਦਰਿਆ ਹੈਗਾ, ਦਰਿਆ ਵਾਲੇ ਪਾਸੇ ਮਸ਼ੀਨ ਚਾਹੀਦੀ ਸੀ ਕਿ ਬੰਨ ਪਿੰਡ ਵਾਲੇ ਪਾਸੇ ਚਾਹੀਦੀ ਸੀ? ਜੇ ਪਾਣੀ ਦੀ ਜੇ ਆਪਾਂ ਰੁਕਾਵਟ ਕਰਾਂਗੇ, ਜੇ ਦਰਿਆ ਵਾਲੇ ਪਾਸੇ ਹੋਊਗੀ ਤਾਂ ਬੰਨ ਵਾਲੇ ਪਾਸੇ ਪਿੰਡ ਵੀ ਰੁਕਾਵਟ ਪਊਗੀ। ਪਾਣੀ ਤਾਂ ਕਾਫੀ ਵਧਿਆ ਇੱਧਰ ਤਾਂ ਬਹੁਤ, ਇੱਧਰ ਜਨਤਾ ਵੇਖੋ ਕਿੰਨੀ ਜਨਤਾ ਇਕੱਠੀ ਹੋਈ ਹੈ। ਹਾਂ ਬੰਨ ਟੁੱਟਣ ਦਾ ਕੋਈ ਕੰਮ ਹੀ ਸਾਰਾ ਖਤਰੇ 'ਚ ਹੀ ਹੈ। ਉਹਨੇ ਆਇਆ ਹੈਗਾ ਵੀ ਦੇਖੀ ਜਾਂਦਾ, ਬਾਕੀ ਉਹਨੂੰ ਕੋਈ ਗੱਟਾ ਨੀ, ਕੋਈ ਵਗੈਰਾ ਨੀ, ਕੋਈ ਲਿਆਂਦਾ ਨੀ, ਕੋਈ ਕੁਛ ਨੀ ਲਿਆਂਦਾ। ਜੇ ਕੋਈ ਗੱਟਾ ਵਗੈਰਾ ਲਿਆਵੇ ਜਾਂ ਕੋਈ ਪੱਥਰ ਲਿਆਵੇ ਫਿਰ ਹੀ ਸਾਨੂੰ ਕੋਈ ਪਤਾ ਹੈਗਾ ਵੀ ਸਾਨੂੰ ਏਦਾਂ ਹੀ ਹੋਇਆ, ਅਸੀਂ ਵੇਖ ਕੇ ਪ੍ਰਸ਼ਾਸਨ ਨੇ ਵੇਖੀ ਜਾਵਾਂਗੇ ਵੀ ਕੀ ਕਰਨਾ, ਠੀਕ ਹੈ। ਪਿੰਡ ਹੈਗੇ ਨੇ 7-8, ਦੁਲਚੀ ਕੇ ਹੋ ਗਿਆ, ਅਲੀ ਕੇ ਹੋ ਗਿਆ, ਝੁੱਗੇ ਹੋ ਗਿਆ, ਹਬੀਬ ਕੇ ਹੋ ਗਿਆ, ਕੁੰਡਿਆ ਹੋ ਗਿਆ, ਸਾਰੇ ਪਿੰਡ। ਹਾਂਜੀ ਮਿੱਟੀ ਆਈ ਹੈ ਤੇ ਮਿੱਟੀ ਮੰਗ ਕਰਦਾ ਵੀ ਸਾਨੂੰ ਪੱਥਰ ਮਿਲੇ, ਮਿੱਟੀ ਮਿਲੇ ਤੇ ਕੋਈ ਇਹਨੂੰ ਬਰਾਮਦੀ ਕਰੀ ਬਣਦੀ, ਜਾਂ ਜਿਹੜੇ ਉਸਰ ਆਏ ਨੇ ਕਰਨ ਬਰਾਮਦੀ। ਉੱਥੇ ਹੀ ਮੌਕੇ ਤੇ ਪਹੁੰਚੇ SDM ਦਾ ਕਹਿਣਾ ਕਿ ਬੰਨ ਹੇਠੋਂ ਰਿਸਦੇ ਪਾਣੀ ਨੂੰ ਮਿੱਟੀ ਪਾ ਕੇ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮਾਹੌਲ ਬਿਲਕੁਲ ਠੀਕ ਹੈ ਤੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਵੇਰੇ ਜਿਹੜੇ ਆਏ ਸੀ ਕਿ ਇੱਥੋਂ ਇੱਕ ਬ੍ਰੀਚ ਹੋਇਆ, ਇੱਥੇ ਕੋਈ ਬ੍ਰੀਚ ਨਹੀਂ ਹੋਇਆ, ਸੀਪੇਜ ਹੋਈ ਸੀ ਬੰਨ ਦੇ ਉੱਪਰ। ਉਹ ਇੱਥੇ ਐਕਸਲ ਸਾਹਿਬ ਵੀ ਆ ਗਏ ਨੇ, ਹੋਰ ਸਾਰੇ ਵੀ ਆਫੀਸਰਸ ਹੈਗੇ ਨੇ ਅਤੇ ਅੰਡਰ ਕੰਟਰੋਲ ਹੈਗਾ। ਜੋ ਜੋ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾ ਰਹੀ ਹੈ, ਇਸ ਤਰ੍ਹਾਂ ਦੀ ਕੋਈ ਅਫਵਾਹ ਦੇ ਉੱਪਰ ਧਿਆਨ ਨਾ ਦਿੱਤਾ ਜਾਏ। ਸਿਚੁਏਸ਼ਨ ਅੰਡਰ ਕੰਟਰੋਲ ਚੱਲ ਰਹੀ ਹੈ ਅਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਹਬੀਬਕੇ ਹੈ, ਹਬੀਬਕੇ ਜਿਹੜੇ ਸਤਲੁਜ ਦਰਿਆ ਦੇ ਕੰਢੇ 'ਤੇ ਜਿਹੜਾ ਬੰਨ ਹੈ ਉਹਦੇ ਥੱਲਿਓਂ ਦੀ ਸੀਪੇਜ ਦੀ ਜਿਹੜੀ ਸੀਗੀ, ਜਿਸ ਨੂੰ ਕੰਟਰੋਲ ਹੁਣ ਕਰ ਲਿਆ ਗਿਆ ਹੈਗਾ। ਪਾਣੀ ਠੀਕ ਚੱਲ ਰਿਹਾ ਹੈਗਾ ਜੀ, ਤਕਰੀਬਨ 57,000 ਕਿਊਸੈਕ 'ਤੇ ਸੀਗਾ, ਹੁਸੈਨੀ ਵਾਲੇ ਤੋਂ ਨਿਕਲਿਆ ਥੋੜ੍ਹੀ ਦੇਰ ਦੇ ਵਿੱਚ, ਕਿ ਜਿਹੜਾ ਪਿੱਛੋਂ ਪਾਣੀ ਆ ਰਿਹਾ ਹੈਗਾ ਕਿਉਂਕਿ ਪਿੱਛੇ ਬਿਆਸ ਸਤਲੁਜ ਦਾ ਪਾਣੀ ਇਕੱਠਾ ਹੋ ਕੇ ਆ ਰਿਹਾ। ਬਿਆਸ ਦੇ ਵਿੱਚ ਪਿੱਛੇ ਜੇ ਫਲੈਸ਼ ਫਲੱਡਸ ਆਉਣ ਕਰਕੇ ਥੋੜ੍ਹਾ ਜਿਹਾ ਪਾਣੀ ਵੱਧ ਗਿਆ ਸੀਗਾ, ਪਰ ਹੁਣ ਉਹ ਪਿੱਛੋਂ ਸਾਰਾ ਨਿਕਲ ਰਿਹਾ ਅਤੇ ਕੰਟਰੋਲ 'ਚ ਆ। ਲੋਕਾਂ ਨੂੰ ਇਹੀ ਹੈ ਕਿ ਧਿਆਨ ਰੱਖਣ ਵੈਸੇ, ਕਿਉਂਕਿ ਪਾਣੀ ਹੈਗਾ, ਇਸ ਲਈ ਸੁਚੇਤ ਰਹਿਣ, ਪਰ ਅਫਵਾਹਾਂ 'ਤੇ ਧਿਆਨ ਨਾ ਦੇਣ। ਕੋਈ ਬੰਨ ਕਿਸੇ ਪ੍ਰਕਾਰ ਪਾਸੇ ਕੋਈ ਬ੍ਰੀਚ ਨਹੀਂ ਹੋਇਆ, ਸੋ ਇਹੀ ਮੈਂ ਸੁਣਿਆ ਧਿਆਨ 'ਚ। ਗੁਰਦੁਆਰੇ ਕੇ ਲੋਕ ਹਾਲੇ ਹੜ੍ਹਾਂ ਦੀ ਮਾਰ ਚੱਲ ਰਹੀ ਸੀ ਤਾਂ ਮੁੜ ਤੋਂ ਵਧੇ ਪਾਣੀ ਦੇ ਕਾਰਨ ਲੋਕਾਂ ਦੀ ਚਿੰਤਾ ਵੱਧ ਚੁੱਕੀ ਹੈ। ਅੱਗੇ ਕੀ ਕੁਝ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ, ਪੰਜਾਬੀ ਲੋਕ ਚੈਨਲ।